ਨੇ ਹਮਨੇ ਰਾਤੀ ਵਾਜਾਂ ਸੁਣੀਆਂ ਕਿ ਕਿੰਨੀ ਆਉਂਦੀਆਂ ਮਿੰਦੋ ਘਰੋਂ ਕੀ ਦੀਆਂ ਮਿੰਦੋ ਦੀਆਂ ਮਿੰਦੋ ਖਸਮਣੇ ਕੁੱਟੀ ਰਾਤ 1 ਵਜੇ ਓ ਕਿਉਂ ਮੈਂ ਤੇ ਵੈਸੇ ਮੇਰੀ ਛੁੱਟੀ ਜੀ ਲੱਗੀ 1 ਵਜੇ ਤੇ ਮੈਂ ਚੱਲ ਸੋ ਜਾਵਾਂ ਮੈਂ ਟੀਵੀ ਵੰਦੀ ਵੰਦੀ ਸੋ ਗਈ ਤੇ ਮੈਨੂੰ ਤੇ ਦੋ ਕ ਚੀਕਾਂ ਸੁਣੀਆਂ ਤੇ ਮੈਂ ਤੇ ਉਸੇ ਵੇਲੇ ਗੇਟ ਵੱਲ ਨੂੰ ਭੱਜੀ ਮੈਂ ਗਲੀ ਚ ਬਾਹਰ ਨਿਕਲੀ ਪਹਿਲਾਂ ਮੈਂ ਕੰਮ ਦੇ ਨਾਲ ਲਾਇਆ ਮੈਂ ਕਿਹਾ ਇੱਧਰ ਹੀ ਵਜੇ ਇੱਧਰ ਹੀ ਡਿੰਗੜ ਡਿੰਗੜ ਹੋਣੀ ਨਹੀਂ ਨਾਲ ਦੇ ਘਰ ਤੇ ਮੈਂ ਆ ਤੇ ਕੰਧ ਨਾਲ ਕੰਨ ਲਾਇਆ ਤੇ ਕਿਤੇ ਚੀਕਾਂ ਵੱਜਣ ਮਿੰਦੋ ਦੀਆਂ ਮੁੜ ਕੇ ਜਦੋਂ ਮੇਰੇ ਕੋ ਕਿਤੇ ਉੰਤਰੇ ਗਮਲਾ ਡੇਪਿਆ ਥੱਲੇ ਤੇ ਗਮਲਾ ਡੇਪਿਆ ਤੇ ਮੈਨੂੰ ਦੋਨੋਂ ਪਤਾ ਲੱਗ ਗਿਆ ਕਿ ਇਹ ਸੁੰਡੀ ਵਜਾਂ ਤੇ ਹੁਣੀ ਹੁਣੀ ਹੂੰ 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 ਕਰਕੇ ਛਤਰ ਖਾਂਦੀ ਰਹੀ ਖੂਬ ਬੁਸਕੀ ਪਰ ਇਹਨੇ ਆਵਾਜ਼ ਨਹੀਂ ਕੋਈ ਕੱਢੀ ਕਿ ਕਿਤੇ ਸ਼ਿੰਦੋੜ ਪਤਾ ਨਾ ਲੱਗੇ ਵਜੀਆਂ ਇਹਦੇ ਤੋਰੇ ਫੇਰੇ ਤੋਂ ਜਿਹੜਾ ਪਿੰਡ ਚ ਤੋਰਾ ਫੇਰਾ ਕਰਦੀ ਐਸੇ ਕੋਹਰ ਨੂੰ ਵਜੀਆਂ ਕਿ ਸਿਮਾਂ ਬਦਲਦੀ ਵਨ ਸਵੰਨੀਆਂ 2 3 ਵਾਰੀ ਤੇ ਸਿਮਾਂ ਬਦਲੀਆਂ ਉਹ ਬਚੇਰਾ ਤੰਗ ਆਇਆ ਸੀ ਪਰ ਖੂਬ ਕੁੱਟੀ ਰਾਤ ਕਿਤੇ ਵੇਲਣੇ ਚੱਲਣ ਕੌਲੀਆਂ ਗਲਾਸ ਕਿਤੇ ਇੱਧਰ ਦੇ ਉੱਧਰ ਚੱਲਣ ਤੇ ਮੈਂ ਤੇ ਪੂਰਾ ਮੇਰੇ ਦਿਮਾਗ ਦੇ ਵਿੱਚ ਬੇਮ ਬੱਲੇ ਕੀ ਚੱਲਣ ਕੀ ਅੰਦਰ ਤੇ ਆਵਾ ਹਾਂ ਹਮਤਰੀ ਸਵੇਰੇ ਜਿਹੜੋ ਕੋਠੇ ਚੜੀ ਕੱਪੜੇ ਸੁਕੜੇ ਪਾਉਣ ਤੇ ਦੋ ਲੱਤਾਂ ਤੇ ਖਲੋਤਾ ਨਾ ਜਾਵੇ ਮਿੰਦੋ ਕੋਲੋਂ ਤੇ ਤੂੰ ਆਪਣੇ ਬਹਾਨੇ ਨਾ ਪੁੱਛੀ ਆਖੀ ਤਾਈ ਜੀ ਅਹ ਠੀਕ ਜੇ ਤੇ ਕਿਤੇ ਪੈਰਾਂ ਤੇ ਪਾਣੀ ਵੀ ਪੈਣ ਦਊਗੀ ਤੇ ਤੂੰ ਮੇਰਾ ਨਾਂ ਵਟਾ ਦੇਵੀਂ ਆਹੋ ਇਹ ਹਮਤਰੀ ਨੂੰ ਪਤਾ ਨਹੀਂ ਕਿੱਦਾਂ ਨਕਲ ਆਉਣੀ ਆ ਚੌਂ ਲੱਤਾਂ ਹੀ ਖੋਤੀ ਇਹਨੂੰ ਚਾਚੀ ਚੌਂ ਲੱਤਾਂ ਨਹੀਂ ਦੋ ਲੱਤਾਂ ਇਹ ਦੋ ਲੱਤਾਂ ਹੀ ਖੋਤੀ ਵਾਕਿਆਈ